ਮਾਨਸਾ 'ਚ ਸਰਕਾਰੀ ਦਾਅਵੇ ਖੋਖਲੇ ਸਾਬਿਤ ਹੋ ਰਹੇ ਨੇ। ਦਰਅਸਲ ਇੱਥੇ ਧਾਨ ਦੀ ਖਰੀਦ ਦਾ ਕੰਮ ਬੜਾ ਸੁਸਤ ਚੱਲ ਰਿਹਾ ਹੈ, ਜਿਸ ਤੋਂ ਚੱਲਦੇ ਕਿਸਾਨ ਪਰੇਸ਼ਾਨ ਨੇ। ਇੱਥੇ ਮੰਡੀਆਂ ਦੇ ਵਿੱਚ ਖਰੀਦ ਏਜੰਸੀਆਂ ਦੇ ਇੰਸਪੈਕਟਰ ਧਾਨ ਦੀ ਬੋਲੀ ਨਹੀਂ ਲਗਾ ਰਹੇ, ਬਲਕਿ ਪ੍ਰਾਈਵੇਟ ਸੈਲਰ ਧਾਨ ਦਾ ਨਿਰੀਖਣ ਕਰ ਰਹੇ ਨੇ, ਨਮੀ ਦੀ ਮਾਤਰਾ ਜ਼ਿਆਦਾ ਦੱਸ ਕੇ ਕਿਸਾਨਾਂ ਨੂੰ ਲੁੱਟ ਰਹੇ ਨੇ। ਇਹ ਇਲਜ਼ਾਮ ਇੱਥੇ ਮੌਜੂਦ ਕਿਸਾਨਾਂ ਦੇ ਨੇ। ਗੁੱਸੇ 'ਚ ਆਏ ਕਿਸਾਨਾਂ ਦੇ ਇੱਕ ਪ੍ਰਤੀਨਿਧੀ ਮੰਡਲ ਨੇ ਡਿਪਟੀ ਕਮਿਸ਼ਨਰ ਦੇ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਮੰਗ ਪੱਤਰ ਸੌਂਪਿਆ। ਨੰਬਰ 2 ਕਈ ਵਾਰੀ ਕਿਸੇ ਸਾਡਾ ਜਿਹੜਾ ਕੋਈ ਕਿਸਾਨ ਜ਼ਿਆਦਾ ਅਨਪੜ੍ਹ ਹੁੰਦਾ ਹੈ ਉਹਦੇ ਨਾਲ ਸੌਦੇਬਾਜ਼ੀ ਕਾਟ ਫਾਟ ਦੀ ਵੀ ਕਰ ਲੈਂਦੇ ਨੇਗੇ। ਉਹ ਕਹਿੰਦਾ ਵੀ ਚਲੋ ਆਪਣਾ ਖਹਿੜਾ ਛੱਡਿਆ ਅਤੇ ਆਪਾਂ ਆਪਣੀ ਕਣਕ ਵਗੈਰਾ ਬੀਜਾਂਗੇ, ਚੱਲ 2 ਕਿਲੋ ਜਿਹੜੇ ਲੈ ਗਏ ਕੋਈ ਗੱਲ ਨਹੀਂ। ਇਸ ਤੋਂ ਬਾਅਦ ਸਾਡੀ ਗੁਜ਼ਾਰਿਸ਼ ਇਹ ਵੀ ਹੈ ਕਿ ਸਾਡੀ ਜੀਰੀ ਇੱਥੇ ਸਾਡੇ ਆਵੇ, ਵੱਧ ਤੋਂ ਵੱਧ 2 ਜਾਂ 3 ਦਿਨਾਂ ਵਿੱਚ ਜੀਰੀ ਸਾਡੀ ਇੱਥੋਂ ਚੱਕੀ ਜਾਵੇ। ਕਿਸਾਨਾਂ ਦੀ ਲੁੱਟ ਲੰਮੇ ਸਮੇਂ ਤੋਂ ਹੋ ਰਹੀ ਹੈ, ਮਤਲਬ ਜਦੋਂ ਕੁਛ ਧਿਰਾਂ ਇਕੱਠੀਆਂ ਕੋਈ ਲੁੱਟ ਕਰਦੀਆਂ ਉਦੋਂ ਕਿਸਾਨ ਦੀ ਲੁੱਟ ਵੱਧ ਹੁੰਦੀ ਹੈ। ਇਹ ਲੁੱਟ ਕਰਨ ਦੇ ਵਿੱਚ ਇੰਸਪੈਕਟਰ ਆ ਗਿਆ, ਸੈਲਰ ਮਾਲਕ ਆ ਗਿਆ, ਇਹਦੇ ਨਾਲ ਆੜ੍ਹਤੀਆਂ ਦੀ ਮਿਲੀ ਭੁਗਤ ਹੈ। ਹਾਲਾਂਕਿ ਪੰਜਾਬ ਐਗਰੋ ਦੇ ਮੈਨੇਜਰ ਦੀ ਮੰਨੀਏ ਤਾਂ 17% ਲਿਫਟਿੰਗ ਹੋ ਚੁੱਕੀ ਹੈ ਅਤੇ 95% ਪੇਮੈਂਟ ਦਾ ਕੰਮ ਵੀ ਪੂਰਾ ਹੋ ਚੁੱਕਾ ਹੈ। 15 ਦੇ ਵਿੱਚ 14 ਜਿਹੜੀਆਂ ਮੰਡੀਆਂ ਚੱਲ ਰਹੀਆਂ, 1 ਜਿਹੜਾ ਸੈਂਟਰ ਆ ਉਹ ਨੌਨ ਓਪਰੇਸ਼ਨਲ ਆ ਚਕੇਰੀਆਂ ਮੰਡੀ, ਅਤੇ ਬਾਕੀ 14 ਚੱਲ ਰਹੀਆਂ ਵਧੀਆ ਮੰਡੀਆਂ ਚੱਲ ਰਹੀਆਂ ਹੈਗੀਆਂ, ਜਿਹਦਾ ਅਸੀਂ 60,000 ਟਨ ਪਰਚੇਸ ਕਰਨਾ, ਜਿਹਦੇ 'ਚੋਂ ਅਸੀਂ 17,000 ਟਨ ਪਰਚੇਸ ਕਰ ਚੁੱਕੇ ਹਾਂ ਕੱਲ੍ਹ ਤੱਕ, ਅਤੇ ਇਹਦੇ ਵਿੱਚੋਂ ਲਿਫਟਿੰਗ ਹੋ ਚੁੱਕੀ ਹੈ, 12,000 ਟਨ ਦੀ ਲਿਫਟਿੰਗ ਹੋ ਚੁੱਕੀ ਹੈ। ਪੰਜਾਬ ਸਰਕਾਰ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਏਗੀ, ਪਰ ਮਾਨਸਾ ਦੀ ਇਸ ਮੰਡੀ ਦੇ ਵਿੱਚ ਕਿਸਾਨ ਪ੍ਰਾਈਵੇਟ ਸੈਲਰਾਂ 'ਤੇ ਇਲਜ਼ਾਮ ਲਗਾ ਰਹੇ ਨੇ ਅਤੇ ਉਹਨਾਂ ਤੋਂ ਪਰੇਸ਼ਾਨ ਹੋਣ ਦੀ ਗੱਲ ਕਹਿ ਰਹੇ ਨੇ। ਬਲਦੇਵ ਸ਼ਰਮਾ, ਜ਼ੀ ਮੀਡੀਆ, ਮਾਨਸਾ।